ਜਰਮੇਲ ਕੌਰ ਹੈ। ਸਾਨੂੰ ਤਾਂ ਜੀ ਇਹਦਾ ਪਤਾ ਲੱਗਿਆ, ਅਸੀਂ 22 ਸਾਲ ਦਾ ਇਹ ਵਿਆਹ ਲਿਆ ਸੀ। ਉਦੋਂ ਬਾਅਦ ਬਾਅਦ 'ਚ ਸਾਨੂੰ ਪਤਾ ਲੱਗਿਆ, ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਸਾਨੂੰ ਵੀ ਇਹ ਨਸ਼ਾ ਕਰਦਾ। ਸਾਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਨਸ਼ੇ ਦਾ ਇਹਦੇ ਦਾ। ਬਥੇਰਾ ਸੀ ਉਹ ਘਰ ਗੌਰ ਰੱਖਦੇ ਤੇ ਕੰਮ ਮਿਸਤਰੀ ਦਾ ਸਿਖਾਉਂਦੇ ਤੇ ਕੋਈ ਕੰਮ ਨਹੀਂ ਸੀ, ਉੱਥੇ ਲੱਗ ਕੇ ਹਟ ਗਿਆ। ਫਿਰ ਆਪਦਾ ਰੇਹੜੀ ਲੈ ਲਈ, ਰੇਹੜੀ ਚਲਾਉਣ ਲੱਗ ਗਿਆ। ਵੀ ਚੱਲ ਆਪਦਾ ਜਿਹੜਾ ਇਹਨੂੰ ਕੰਮ ਚੰਗਾ ਲੱਗਦਾ ਜੀ ਕਰੀ ਜਾਣਦੇ, ਆਪਾਂ ਤਾਂ ਅਸੀਂ ਨੇ ਆਏ ਉਹ ਕਰਤਾ ਸੀਗਾ। ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਦਿਖਾਉਣ ਲੱਗੇ ਹਾਂ ਉਹ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡੀ ਦੀਆਂ ਨੇ। ਸਾਰਾ ਘਰ ਬਰਬਾਦ ਹੋ ਗਿਆ। ਇਸ ਘਰ ਦਾ ਇੱਕ ਲੌਤਾ ਪੁੱਤ 2021 ਦੇ ਵਿੱਚ ਨਸ਼ੇ ਦੀ ਭੇਟ ਚੜ੍ਹ ਚੁੱਕਿਆ। ਸੰਗਰੂਰ ਦੇ ਪਿੰਡ 'ਚ ਵਾਪਰੀ ਘਟਨਾ ਨੇ ਮਾਪਿਆਂ ਦੇ ਉਸ ਸੁਪਨੇ ਨੂੰ ਖਤਮ ਕਰ ਦਿੱਤਾ ਹੈ ਜਿਸ 'ਚ ਉਹ ਸੋਚਦੇ ਸਨ ਕਿ ਉਹਨਾਂ ਦਾ ਪੁੱਤ ਸਹਾਰਾ ਬਣੇਗਾ। ਮਾਤਾ ਗੁਰਮੇਲ ਕੌਰ ਦਾ ਆਪਣਾ ਘਰ ਬਰਬਾਦ ਹੋਣ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਮਿਲ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਸੁਚੇਤ ਕੀਤਾ ਜਾ ਰਿਹਾ ਹੈ ਕਿ ਜਿਵੇਂ ਮੇਰਾ ਪਰਿਵਾਰ ਉਜੜ ਗਿਆ ਤਾਂ ਜੋ ਕਿਸੇ ਹੋਰ ਦਾ ਘਰ ਨਾ ਉਜਾੜਿਆ ਜਾਵੇ। ਗੁਰਮੇਲ ਕੌਰ ਹੈ ਜੀ। ਸਾਨੂੰ ਤਾਂ ਜੀ ਇਹਦਾ ਪਤਾ ਲੱਗਿਆ, ਅਸੀਂ 22 ਸਾਲ ਦਾ ਇਹ ਵਿਆਹ ਲਿਆ ਸੀ। ਉਦੋਂ ਬਾਅਦ ਬਾਅਦ 'ਚ ਸਾਨੂੰ ਪਤਾ ਲੱਗਿਆ, ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਸਾਨੂੰ ਵੀ ਇਹ ਨਸ਼ਾ ਕਰਦਾ। ਸਾਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਨਸ਼ੇ ਦਾ ਇਹਦੇ ਦਾ। ਬਥੇਰਾ ਸੀ ਉਹ ਘਰ ਗੌਰ ਰੱਖਦੇ ਤੇ ਕੰਮ ਮਿਸਤਰੀ ਦਾ ਸਿਖਾਉਂਦੇ ਤੇ ਕੋਈ ਕੰਮ ਨਹੀਂ ਸੀ, ਉੱਥੇ ਲੱਗ ਕੇ ਹਟ ਗਿਆ। ਫਿਰ ਆਪਦਾ ਰੇਹੜੀ ਲੈ ਲਈ, ਰੇਹੜੀ ਚਲਾਉਣ ਲੱਗ ਗਿਆ। ਵੀ ਚੱਲ ਆਪਦਾ ਜਿਹੜਾ ਇਹਨੂੰ ਕੰਮ ਚੰਗਾ ਲੱਗਦਾ ਜੀ ਕਰੀ ਜਾਣਦੇ, ਆਪਾਂ ਤਾਂ ਅਸੀਂ ਨੇ ਆਏ ਉਹ ਕਰਤਾ ਸੀਗਾ। ਆ ਜੀ ਨਸ਼ੇ ਪੱਤੇ ਦਾ ਤਾਂ ਸਾਨੂੰ ਫਿਰ ਬਾਅਦ 'ਚ ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਵੀ ਇਹ ਇੰਨਾ ਨਸ਼ਾ ਕਰਨ ਲੱਗ ਗਿਆ। ਬਥੇਰਾ ਰੋਕਦੇ ਤੇ ਬਾਪ ਕਹਿੰਦਾ ਤਾ ਵੀ ਬੂਟੇ ਤੂੰ ਨਾ ਨਸ਼ਾ ਕਰ, ਕਹਿੰਦਾ ਤਾ ਮੈਂ ਛੱਡ ਦੂੰਗਾ ਪਾਪੇ, ਮੈਂ ਛੱਡ ਦੂੰਗਾ, ਮੇਤੋਂ ਆਹ ਨਹੀਂ ਹੁੰਦਾ, ਮੈਂ ਆਹ ਨਹੀਂ ਕਰਦਾ, ਮੈਂ ਜ਼ਿਆਦਾ ਨਹੀਂ ਕਰਦਾ, ਮੈਂ ਬੋਰੀਆਂ ਚੱਖਦਾ ਜੀ, ਮੈਂ ਐਂ ਚੱਖਦਾ ਬਸ। ਉਦੋਂ ਬਾਅਦ ਵਿੱਚ ਚਿੱਟਾ ਚੱਲ ਪਿਆ ਜੀ, ਵਿੱਚ ਸ਼ਰਾਬ ਪੀਣ ਲੱਗ ਗਿਆ ਜ਼ਿਆਦਾ ਵਾਧੂ, ਉੱਤੋਂ ਦੀ ਪੈਰਾਂ ਤੋਂ ਵੱਧ ਨਸ਼ਾ ਕਰਨ ਲੱਗ ਗਿਆ। ਹਾਂਜੀ ਹੁਣ ਅਸੀਂ ਘਰ ਘਰ ਜਾ ਕੇ ਅਸੀਂ ਕਹਿੰਦੇ ਹਾਂ ਵੀ ਭਾਈ ਆਪਦੇ ਬੱਚਿਆਂ ਨੂੰ ਗੌਰ ਰੱਖੋ, ਵੀ ਅਸੀਂ ਬਥੇਰੀ ਗੌਰ ਰੱਖੀ ਤੀ, ਸਾਨੂੰ ਪਤਾ ਨਹੀਂ ਲੱਗਣ ਦਿੱਤਾ ਬੱਚੇ ਨੇ, ਫਿਰ ਵੀ ਹੁਣ ਤੁਸੀਂ ਜਿੰਨੀ ਵੀ ਇਹਦੀ ਗੌਰ ਰੱਖੋਗੇ ਉਨਾ ਤੁਹਾਨੂੰ ਉਹ ਹੋਊਗਾ। ਆਪਦਾ ਬੱਚਿਆਂ ਨੂੰ ਕੋਈ ਰਿਸ਼ਤੇਦਾਰੀ 'ਚ ਵੀ ਕੋਈ ਨਸ਼ਾ ਕਰਦਾ ਉਹਨੂੰ ਵੀ ਸਮਝਾਓ, ਜੇ ਤੁਹਾਡੇ ਆਪਦੇ ਬੱਚੇ ਨੇ ਉਹਨਾਂ ਦੀ ਵੀ ਗੌਰ ਰੱਖੋ, ਉਹਨਾਂ ਨੂੰ ਵੀ ਸਮਝਾਓ। ਬਥੇਰਾ ਰੋਂਦੇ ਆ ਸਰਕਾਰਾਂ ਨੂੰ ਵੀ ਆਹ ਚਿੱਟਾ ਕਿਉਂ ਇੰਨਾ ਸਿੱਟ ਰੱਖਿਆ ਤੁਸੀਂ, ਇਹ ਜੇ ਫੈਕਟਰੀਆਂ ਬੰਦ ਕਰੋਗੇ ਤਾਂ ਮਾਵਾਂ ਦੇ ਪੁੱਤ ਬਚਣਗੇ। ਇੱਕ ਟਾਈਮ ਦੋ ਦੋ ਬੱਚੇ ਮਰ ਰਹੇ ਨੇ, ਮਾਂ ਦੇ ਦੋ ਪੁੱਤ ਨੇ, ਦੋ ਹੀ ਮਰ ਗਏ। ਆਹ ਲੌਂਗੋਵਾਲ ਪਿੰਡ ਹੈ, ਉਹ ਲੌਂਗੋਵਾਲ ਮੁੰਡਾ ਨਸ਼ੇ ਦਾ ਮਾਰੀ ਫਾਹਾ ਲੈ ਕੇ ਮਰ ਗਿਆ। ਅੱਜ ਉਹ ਮੇਰੇ ਬੇਟੇ ਦੇ ਨਾਲ ਹੀ ਬੇਟਾ ਮੁੱਕਿਆ ਸੀਗਾ, ਹੋ ਗਏ ਉਹਨੂੰ ਛੀ ਉਹ 6 ਮਹੀਨੇ ਪਤਾ ਨਹੀਂ 4 ਮਹੀਨੇ ਮਗਰੋਂ ਮੁੱਕ ਗਿਆ, ਉਹ ਵੀ ਸਾਡੀ ਪਰਿਵਾਰ 'ਚ ਸੀਗਾ। ਕੋਈ ਸਾਧਨ ਨਹੀਂ ਹੈਗਾ ਬੇਟੇ ਘਰੇ ਸਾਡੇ ਕੋਲ, ਤਾਂ ਬਸ ਅਸੀਂ ਤਾਂ ਬੈਠੇ ਹਾਂ, ਮਿਲ ਜ਼ਿਆਦਾ ਖਾ ਲੈਂਦੇ ਹਾਂ, ਨਹੀਂ ਆਪਦਾ ਭੁੱਖੇ ਤੇ ਹੈ ਫਿਰੀ ਜਾਂਦੇ ਹਾਂ। ਜੇ ਕੋਈ ਕਿਸੇ ਦੇ ਜਾਂਦੇ ਹਾਂ ਅਗਲਾ ਚਾਹ ਦੀ ਘੁੱਟ ਦਾ ਨਾਂ ਵੀ ਨਹੀਂ ਲੈਂਦਾ ਛੇਤੀ, ਅਗਲਾ ਕਹਿੰਦਾ ਇਹ ਤਾਂ ਰੋਜ਼ ਦੀ ਕੰਮ ਹੈ, ਕੀ ਕਰੀਏ ਹੁਣ, ਕਿਹਦੇ ਸਿਰ ਤੇ ਉਹ ਕਰੀਏ ਅਸੀਂ। ਆਪਦਾ ਬਣਦਾ ਜੇ ਕਰ ਲੈਂਦੀ ਆ ਮਾੜਾ ਮੋਟਾ, ਜਦੋਂ ਸਰੀਰ ਡਾਊਨ ਹੋ ਜਾਂਦਾ ਤਾਂ ਆਪਦਾ ਡਿੱਗ ਜਾਂਦੇ ਮੰਜੇ ਤੇ। ਆ ਬੱਚਾ ਹੈਗਾ ਇਹਨੂੰ ਕਰਕੇ ਦਿੰਦੀ ਆ ਮਾੜਾ ਮੋਟਾ, ਜਦੋਂ ਖਾਣ ਨੂੰ ਮੰਗਦਾ ਹੈਗਾ ਰੋਟੀ ਖਾਂਦਾ ਵਿਚਾਰਾ, ਕਦੇ ਚਾਹ ਪੀ ਲੈਦਾ, ਕਦੇ ਜਿਹੋ ਜਿਹਾ ਮੰਗਦਾ ਮਾੜਾ ਮੋਟਾ ਦੇ ਦਿੰਦੇ ਹਾਂ। ਹੁਣ ਕੋਈ ਖਾਣ ਨੂੰ ਆਏ ਤਾਂ ਹੈ ਨਹੀਂ ਵੀ ਇਹਨੂੰ ਕੋਈ ਜਿਹੋ ਜਿਹੇ ਮਾਂ ਬਾਪ ਪਿਆਰ ਲਾਡ ਲੜਾਉਂਦੇ ਨੇ, ਉਹੋ ਜਿਹੇ ਸਾਤੋਂ ਤਾਂ ਲੜਾਏ ਨਹੀਂ ਜਾਂਦੇ। ਜੇ ਤਾਂ ਸਾਡੀ ਹਿੰਮਤ ਪੈਂਦੀ ਹੋਵੇ, ਅਸੀਂ ਤੁਰਦੇ ਫਿਰਦੇ ਹੋਈਏ, ਦਾਦਾ ਵੀ ਕਮਾਉਣ ਜੋਗਾ ਹੋਵੇ, ਤਾਂ ਵੀ ਅਸੀਂ ਕਹੀਏ ਵੀ ਚੱਲ ਭਾਈ ਇਹਨੂੰ ਲਿਆ ਲਿਆ ਦੇਈ ਜਾ ਬੱਚੇ ਨੂੰ ਖਾਣ। ਇਹ ਵੀ ਮਰੀਜ਼ ਹੈ ਜੀ ਜਮੀ, ਇਹ ਤਾਂ ਪੇਟੀ ਲਾ ਕੇ ਤੁਰਦੇ ਨੇ ਗਿਆ, ਹੁਣ ਬਸ ਐਂ ਵੀ ਕਦੇ ਖੋਲਦਾ ਦੇ ਨੇ। ਇਹ ਤਾਂ ਪੇਟੀ ਵੀ ਇੰਨੀ ਮਜ਼ਬੂਤ ਸਖਤ ਹੈ, ਲੱਕੜ ਵਰਗੀ ਹੈ ਜਿਹੜੀ ਲਾਉਂਦੇ ਨੇ, ਫਿਰ ਤੁਰਦੇ ਨੇ। ਕੋਈ ਐਂ ਨਹੀਂ ਵੀ ਇਹਦੀ ਐਂ ਮਾੜੀ ਮੋਟੀ ਪੇਟੀ ਹੈ, ਅੱਜ ਉਹ ਇਸ ਟਾਈਮ 'ਚ 4000 ਦੀ ਪੇਟੀ ਬਣਾਈ ਸੀਗੀ ਉੱਥੇ ਇੱਥੇ ਚੰਡੀਗੜ੍ਹ ਜਦੋਂ ਇਹ ਦਾਖਲ ਸੀ। ਡਾਕਟਰ ਨੂੰ ਹੋਰ ਪੇਟੀਆਂ ਬਥੇਰੀਆਂ ਦਿਖਾਈਆਂ, ਲਿਆ ਲਿਆ ਕਹਿੰਦਾ ਇਹਦੇ ਨਾਲ ਨਹੀਂ ਤੁਰ ਸਕਦਾ। ਫਿਰ ਉਹਨੇ ਤੁਰਤ ਸਮਿਆ ਕੇ ਪੇਟੀ 4000 ਦੀ ਬਣਵਾ ਕੇ ਫਿਰ ਦਿੱਤੀ ਸੀ ਸਾਨੂੰ। ਕਰਦੇ ਨੇ ਅਸੀਂ ਬਸ ਨਾਲ ਫਿਰੀ ਜਾਂਦੇ ਹਾਂ, ਆਹ ਚੀਜ਼ ਲੈ ਕੇ ਦੇ ਦਿੰਦੇ ਨੇ ਬਸ, ਐਂ ਮਾੜਾ ਮੋਟਾ ਜਿਹਾ ਜਿਹਾ ਸਰਦਾ ਵਿਚਾਰੇ ਕਰਦੇ ਨੇ, ਚੱਲ ਦਾਣਾ ਪੱਕਾ ਦੇਈ ਜਾਂਦੇ ਨੇ, ਮਾੜਾ ਮੋਟਾ ਆਪਦਾ ਜਿਹੀ ਜਿਹੀ ਸਹਾਇਤਾ ਥੋੜ੍ਹੀ ਘਣੀ ਦਿੰਦੇ ਨੇ।
ਕੱਖ ਕੰਡਾ ਵੀ ਆਏ ਹੁਣ ਆਏ ਬੱਚੇ ਬਾਰੇ ਸੋਚ ਰਹੇ ਸੀ ਵੀ ਬੱਚੇ ਦਾ ਗਾਹਾਂ ਕੀ ਬਣੂਗਾ ਸਾਡਾ ਤਾਂ ਢਿੱਡ ਚੱਲ ਜੂਗਾ ਮਹੀਨਾ ਸਾਲ ਜਾਵਾਂਗੇ 2 ਸਾਲ ਜਾਵਾਂਗੇ ਵੀ ਇਹ ਬੱਚੇ ਦਾ ਗਾਹਾਂ ਪੜ੍ਹਾਈ ਲਿਖਾਈ ਦਾ ਵੀ ਕੁਛ ਬਣਨਾ ਚਾਹੀਦਾ ਜੇ ਸਾਨੂੰ ਕੋਈ ਮਦਦ ਮਿਲ ਜੇ ਮਾੜੀ ਮੋਟੀ ਸਰਕਾਰ ਦੇ ਜਾਂ ਕੋਈ ਦਾਨੀ ਦਾਨ ਕਰ ਦੇ ਮਾੜਾ ਮੋਟਾ ਬੱਚੇ ਦਾ ਕੋਈ ਅਸੀਂ ਜ਼ਿੰਦਗੀ ਬਣਾ ਦਈਏ ਜਿਹੜਾ ਫੋਨ ਨੰਬਰ ਕਿਹਾ ਤੁਹਾਡਾ ਇਹ ਹਾਂਜੀ ਸਾਡਾ ਜੀ ਜੇ ਤੁਹਾਨੂੰ ਕਨੈਕਟ ਕਰਨਾ ਹੋਵੇ ਤਾਂ ਇਸ ਨੰਬਰ ਹੀ ਕਰ ਸਕਦਾ ਇਸ ਨੰਬਰ ਤੁਹਾਨੂੰ ਫੋਨ ਕਰ ਸਕਦਾ ਬੰਦਾ ਠੀਕ ਹੈ ਜੀ ਤੇ ਮਾਤਾ ਜੀ ਸੁਣਨ ਚ ਆਏਗਾ ਕਿ ਬੇਟੇ ਸਿਰ ਤੇ ਵੀ ਕਰਜ਼ਾ ਸੀਗਾ ਜੋ ਸਾਧਨ ਲਈ ਸੀ ਉਹ ਵੀ ਚੱਕ ਕੇ ਲੈ ਕੇ ਹਾਂਜੀ ਉਹ ਵੀ ਚੱਕ ਕੇ ਲੈ ਕੇ ਸਾਰਾ ਜਦੋਂ ਕਰਜ਼ਾ ਜ਼ਿਆਦੇ ਸਿਰ ਚੜ ਗਿਆ ਜੀ ਆਪਦਾ ਨਸ਼ੇ ਚ ਨਹੀਂ ਸੰਭਲਿਆ ਗਿਆ ਤੂੰ ਨਸ਼ਾ ਪੂਰਾ ਕਰਦਾ ਕਿ ਉਹ ਲੋਕਾਂ ਦਾ ਕਰਜ਼ਾ ਲਾਉਂਦਾ ਲੈ ਲੈ ਖਾਈ ਗਿਆ ਫਿਰ ਆਪੇ ਸਾਰੇ ਪਾਸੇ ਤੰਗ ਹੋ ਗਿਆ ਆਪਦੀ ਜਾਨ ਗਵਾ ਲਈ ਜੀ ਜਦੋਂ ਫਾਹਾ ਲਿਆ ਤੁਹਾਨੂੰ ਫੋਨ ਕੀਤਾ ਗਾ ਦੱਸਿਆ ਉਸਨੇ ਕਿ ਫਾਹਾ ਕਿਉਂ ਲੈ ਰਿਹਾ ਸਾਨੂੰ ਕੁਝ ਨਹੀਂ ਦੱਸਿਆ ਜੀ ਨਾ ਸਾਨੂੰ ਕੋਈ ਕਰਜ਼ੇ ਬਾਰੇ ਦੱਸਿਆ ਨਾ ਸਾਨੂੰ ਕੋਈ ਦੁੱਖ ਦੱਸਿਆ ਨਾ ਸਾਨੂੰ ਕੋਈ ਤਕਲੀਫ ਦੱਸੀ ਸਾਨੂੰ ਬਸ ਇੱਕ ਗੱਲ ਕਹਿਤੀ ਵੀ ਮੈਂ ਮਰ ਰਿਹਾ ਮੈਨੂੰ ਆ ਕੇ ਲਾ ਲਿਓ ਮੈਂ ਫਾਹਾ ਲੈਣ ਲੱਗ ਰਿਹਾ ਇਹੀ ਗੱਲ ਕਹਿ ਕੇ ਚੱਲ ਆਪਦਾ ਹੋਇਆ ਰੱਜਿਆ ਹੋਇਆ ਜ਼ਿਆਦੇ ਤੀ ਨਸ਼ੇ ਪੱਤੇ ਦਾ ਮਸੰਨਾ ਹੋਇਆ ਪਿਆ ਸੀਗਾ ਪਤਾ ਹੀ ਨਹੀਂ ਲੱਗਿਆ ਉਹਨੂੰ ਵੀ ਮੈਂ ਕੀ ਕਰ ਰਿਹਾ ਹਾਂਜੀ ਕੋਈ ਖਤਮ ਨਹੀਂ ਹੋਇਆ ਜੀ ਹਲੇ ਤਾਂ ਉਵੇਂ ਜੁੱਕਰ ਆ ਨਸ਼ਾ ਨਾ ਕੋਈ ਸੈਂਸੀ ਨੂੰ ਰੋਕਦੇ ਨੇ ਵੇਚਣੋਂ ਨਾ ਕੋਈ ਫੈਕਟਰੀਆਂ ਵਾਲਿਆਂ ਨੂੰ ਰੋਕਦੇ ਨੇ ਜਿੰਨਾ ਵੀ ਉਹ ਆ ਇਹ ਮਾੜਾ ਮੋਟਾ ਜਿਹੜਾ ਪਿੰਡਾਂ 'ਚ ਵੇਚਦੇ ਨੇ ਉਹਨਾਂ ਨੂੰ ਤਾਂ ਫੜ ਲਾ ਦੇਣੇ ਆ ਕੇ ਪੁਲਿਸ ਵਾਲੇ ਉਹਨਾਂ ਦੀ ਉਹ ਕਰਕੇ ਜਵਾਨਤ ਜਮੂਨਤ ਫਿਰ ਛੱਡ ਦਿੰਦੇ ਨੇ ਜਿਹੜੇ ਪਿੱਛੋਂ ਨਸ਼ੇ ਆਉਂਦੇ ਨੇ ਉਹਨਾਂ ਨੂੰ ਕੋਈ ਨਹੀਂ ਰੋਕਦਾ ਹੈਗਾ ਜਿਹੜੇ ਇਹ ਵੱਡੀਆਂ ਫੈਕਟਰੀਆਂ ਲਾ ਰੱਖੀਆਂ ਨੇ ਨਸ਼ਿਆਂ ਦੀਆਂ ਜਿਵੇਂ ਹੁਣ ਬੜੇ ਬੜੇ ਅਫਸਰ ਵੇਚ ਰਹੇ ਨੇ ਮੰਤਰੀ ਉਹ ਮੰਤਰੀ ਰੋਕਣ ਨਾਲ ਨਸ਼ਾ ਫੇਰ ਹੈ ਫਿਰ ਰੋਕੇ ਨਸ਼ਾ ਹੁਣ ਇਹ ਹੁਣ ਐਂ ਕਿਵੇਂ ਰੁਕਦਾ ਹੈਗਾ ਨਸ਼ਾ ਮਾੜਾ ਮੋਟਾ ਤਾਂ ਜਦੋਂ ਪਿੱਛੋਂ ਆਉਂਦਾ ਮਾੜੇ ਮੋਟੇ ਵਾਲੇ ਨੇ ਤਾਂ ਖਰੀਦਣੀ ਹੈ ਜੀ ਨਸ਼ਾ ਦ ਇਵਨ ਮੀਡੀਆ ਚੈਨਲ ਲਈ ਸੰਗਰੂਰ ਤੋਂ ਗੁਰਵਿੰਦਰ ਸਿੰਘ ਦੀ ਖਾਸ ਰਿਪੋਰਟ।